ਪਰਮ ਸਤਕਾਰਯੋਗ ਸਾਧ ਸੰਗਤ ਜੀ ਰਸਨਾ ਪਵਿੱਤਰ ਕਰੀਏ ਤੇ ਆਖੀ ਤਾਂਸੀ ਰੀ ਸਾਧਗੁਰ ਪ੍ਰਤਾਪ ਸਿੰਘ ਜੀ ਤਾਂਸੀ ਰੀ ਸਾਧਗੁਰੂ ਜਗਜੀਤ ਸਿੰਘ ਜੀ ਤਾਂਸੀ ਰੀ ਸਾਧਗੁਰੂ ਉਦੇ ਸਿੰਘ ਜੀ ਸਾਧ ਸੰਗਤ ਜੀ ਇਹ ਸਾਖੀ ਸੰਬੰਧਿਤ ਹੈ ਨਾਰਾਇਣ ਸਿੰਘ ਰਾਣੀਆਂ ਵਾਲੇ ਸਾਖੀ ਦਾ ਸਿਲੇਖ ਹੈ ਸਿੱਖ ਦੀ ਡੋਰੀ ਸੱਜੇ ਪਾਸੇ ਜੀ ਸਿਆਲਕੋਟ ਦੀਆਂ ਸੰਗਤਾਂ ਨੂੰ ਦਰਸ਼ਨ ਦੇ ਕੇ ਡੇਰਾ ਬਾਬਾ ਨਾਨਕ ਵੱਲ ਆ ਰਹੇ ਸਨ ਰਾਵੀ ਚ ਜਸੜ ਤੇ ਅਲੀਆਬਾਦੀ ਤੇ ਭਿਖਾਰੀਵਾਲ ਦੇ ਵਿਚਾਲੇ ਕੱਚੀ ਸੜਕ ਖਰਾਬ ਸੀ ਦਲਦਲ ਜਹੀ ਬਣੀ 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 ਹੋਈ ਸੀ ਡਰਾਈਵਰ ਲਾਲ ਸਿੰਘ ਕਾਰ ਚਲਾ ਰਿਹਾ ਸੀ ਗੱਡੀ ਆਈ ਤੇ ਦਲਦਲ ਵਿੱਚ ਫਸ ਗਈ ਖੋਪਾ ਬੜਾ ਜ਼ਿਆਦਾ ਸੀ ਲਾਲ ਸਿੰਘ ਨੇ ਬਥੇਰਾ ਜਤਨ ਲਾਇਆ ਮਗਰ ਗੱਡੀ ਨਿਕਲੇ ਨਿਕਲਣ ਦਾ ਨਾਮ ਹੀ ਨਾ ਲਏ ਗੱਡੀ ਫਸੀ ਵੇਖ ਆਲੇ ਦੁਆਲੇ ਦੇ ਬੰਦੇ ਇਕੱਠੇ ਹੋ ਗਏ ਉਹਨਾਂ ਵੀ ਜਤਨ ਕੀਤਾ ਮਗਰ ਵਾਹ ਕੋਈ ਨਾ ਲੱਗੀ ਬਲਦ ਵੀ ਜੋੜੇ ਪਰ ਜਦ ਗੱਡੀ ਕਰਰ ਕਰਰ ਕਰੇ ਤਾਂ ਬਲਦ ਤਰਬ ਕੇ ਨਾਸ ਜਾਣ ਹੁਣ ਇੱਥੇ ਹਮਦਰਦ ਥੋੜੇ ਸਨ ਤੇ ਤਮਾਸ਼ਬੀਨ ਬਹੁਤੇ ਬੁੱਕਲ ਵਿੱਚ ਮੂੰਹੋਂ ਪਾ ਹਸਣ ਕੀ ਵੇਖੀਏ ਸਿੱਖਾਂ ਨੇ ਗੁਰੂ ਦੀ ਹਾਲਤ ਜਦ ਕਿਸੇ ਪਾਸਿਓ ਵੀ ਸਫਲਤਾ ਨਾ ਹੋਈ ਤਾਂ 사ਤਗੁਰ ਜੀ ਨੇ ਬਚਨ ਕੀਤਾ ਤੁਸੀਂ ਪਿੱਛੇ ਹਟ ਜਾ ਰਤਨ ਤੂੰ ਡੋਰੀ ਕੱਢ ਮੈਂ ਕੱਲਾ ਹੀ ਗੱਡੀ ਖਿੱਚਾਂਗਾ ਇਹ ਗੱਲ ਸੁਣ ਤਮਾਸ਼ੀਣ ਹੋਰ ਇਕੱਠੇ ਹੋ ਗਏ ਤੇ ਮੂੰਹ ਨਾਲ ਮੂੰਹ ਜੋੜ ਕੇ ਕਹਿਣ ਅੱਗੇ ਧਾੜ ਕੋਲੋਂ ਤਾਂ ਗੱਡੀ ਨਿਕਲੀ ਨਹੀਂ ਹੁਣ ਕੱਲਾ ਗੁਰੂ ਖਿੱਚੇਗਾ ਪਰ ਉਹਨਾਂ ਗਰੀਬਾਂ ਨੂੰ ਕੀ ਪਤਾ ਕਿ ਇੱਥੇ ਇਸ ਦੇ ਵਿੱਚ ਕਿੰਨਾ ਕੁ ਬਲ ਹੈ ਰੱਧਨ ਸਿੰਘ ਨੇ ਡੋਰੀ ਗੱਡੀ 사ਤਗੁਰ ਜੀ ਲੱਕ ਨਾਲ ਬੰਨੀ ਤੇ ਲਾਲ ਸਿੰਘ ਨੂੰ ਕਿਹਾ ਤੂੰ ਸਟੀering ਫੜ ਗਰੀਬ ਨਿਵਾਜ ਜੀ ਆਪੇ ਲੱਗੇ ਖੀਚਣ ਸੱਚੇ ਪਾਤਸ਼ਾਹ ਕਾਦਮ ਪੁੱਟਿਆ ਮੋਟਰ ਦਾ ਆਪ ਹੀ ਆ ਸਰਕਿਆ 사ਤਗੁਰ ਜੀ ਦੂਸਰਾ ਕਦਮ ਪੁੱਟਿਆ ਗੱਡੀ ਅੱਗੇ ਨਿਕਲ ਟੁਰੀ ਇਸੇ ਤਰ੍ਹਾਂ ਕਦਮ ਪੁੱਟਦੇ ਗਏ ਗੱਡੀ ਰਿੜਦੀ ਗਈ ਅੰਤ ਗੱਡੀ ਦਲਦਲ ਵਿੱਚੋਂ ਬਾਹਰ ਨਿਕਲ ਆਈ ਸ਼ਰਧਾਲੂਆਂ ਤਾਂ ਚਰਨ ਚੁੰਮਣੇ ਸਨ ਪਰ ਤਮਾਸ਼ੀ ਬੀਰਾ یوں ਗੁਣਗੁਣ ਕਰਦੇ ਜਾਂਦੇ ਸਨ ਇਹ ਬੰਦੇ ਦਾ ਕੰਮ ਨਹੀਂ ਮੌਜਜ਼ਾ ਹੈ ਪ੍ਰਸਾਦ ਗੁਰਜੀ ਡੋਰੀ ਰਤਨ ਸਿੰਘ ਨੂੰ ਸੰਭਾਲ ਲਿਆ ਕਹਿ ਰਹੇ ਸਨ ਨਾਰਾਇਣ ਸਿੰਘ ਇਹ ਡੋਰੀ ਬੜੀ ਡਾਡੀ ਹੈ ਜਿਸ ਨੇ ਸਿੱਖ ਦੀ ਲਾਜ ਰੱਖੀ ਹੈ ਇੱਕ ਹੋਰ ਸਾਖੀ ਹੈ ਕਿ ਇੱਕ ਵਾਰ ਹੋਲਾ 1987 ਬਿਕਰਮੀ ਵਿੱਚ ਚੁੰਨੀ 니 ਛੋਇਆ ਮੇਲੇ ਸਮੇਸ਼ੀ ਸਾਗੂ ਪਟਾਪ ਸਿੰਘ ਜੀ ਮਾਤਾ ਜੀਵਨ ਕੌਰ ਸੰਤ ਭਗਤ ਸਿੰਘ ਮੰਗਲ ਸਿੰਘ ਅਰਸ਼ੀ ਫਰਿਸ਼ਤੇ ਜੀ ਸ਼੍ਰੀ ਆਲਮ ਜੀ ਸ਼੍ਰੀ ਚੱਕਰਵਰਤੀ ਰਾਗੀ ਪ੍ਰਭਾਵੀ ਤੇ ਹੋਰ ਸਾਧੂ ਸੰਤਾ ਦਰਸ਼ਨ ਦਿੱਤੇ 3 ਦਿਨ ਕਥਾ ਕੀਰਤਨ ਨਾਮ ਸਿਮਰਨ ਦਾ ਪ੍ਰਵਾਹ ਚੱਲਦਾ ਰਿਹਾ ਸ਼ਬਦਾਦੀ ਕਨਕੋਰ ਨੇ ਵਾਯੂ ਮੰਡਲ ਨੂੰ ਸਵੱਛ ਤੇ ਪਵਿੱਤਰ ਕੀਤਾ ਸੈਂਕੜੇ ਨਰ ਨਾਰੀਆਂ ਮਾਸਰਾ ਦਾ ਤਿਆਗ ਕਰ ਸਤਜੁਗੀ ਮਾਰਗ ਨੂੰ ਅਪਣਾਇਆ ਹੋਲੇ ਦੇ ਭੋਗ ਵਾਲੇ ਦਿਨ ਲੰਗਰੀ ਸਿੰਘਾਂ ਨੂੰ ਹੁਕਮ ਆਇਆ ਕਿ ਕੜਾ ਪ੍ਰਸ਼ਾਦ ਬਣਾਓ ਥੋੜਾ ਜਿਹਾ ਠੰਡਾ ਕਰਕੇ ਅਰਦਾਸਾ ਕਰ ਭੋਗ ਲਵਾਓ ਬਾਕੀ ਕੜਾ ਪ੍ਰਸ਼ਾਦ ਦੇ ਕੜਾਹੇ ਦੋਹਾਂ ਚੁੰਨੀਆ ਦੇ ਵਿਚਾਲੇ ਸਾਫ ਸੁਥਰੀ ਥਾਂ ਤੇ ਪੋਚਾ ਦੇ ਕੇ ਰੱਖ ਦਿਓ ਤੇ ਆਪ ਪਿੱਛੇ हट ਜਾਓ ਹਜ਼ਾਰਾਂ ਲੋਕ ਇਕੋ ਤਕ ਦੇਖ ਰਹੇ ਸਨ ਸੱਚੇ ਪਾਸ਼ਾ ਚੁਬਾਰੇ ਤੇ ਕੁਰਸੀ ਢਾ ਕੇ ਬੈਠ ਗਏ ਸੱਚੇ ਪਾਸ਼ਾ ਨੇ ਲਾਂਗਰੀਆਂ ਨੂੰ ਕਿਹਾ ਤੁਸੀਂ ਪਿੱਛੇ ਹਟ ਜਾਓ ਕੋਈ ਸੋਧੀ ਸਿੰਘ ਪ੍ਰਸ਼ਾਦ ਨਾ ਵਰਤਾਏ ਅੱਜ ਸਭ ਆਪਣੀ ਮਰਜ਼ੀ ਨਾਲ ਜਿੰਨਾ ਚਾਹਣ ਲੈ ਜਾਣ ਸਭ ਨੂੰ ਖੁੱਲੀ ਛੁੱਟੀ ਹੈ ਏ ਸੁਣਦਿਆਂ ਸਾਰੇ ਸਿੰਘ ਪਿਛਾ ਹਟ ਗਏ ਸਿੰਘਾਂ ਦੇ ਪਿਛਾ ਹਟਣ ਦੀ ਢੇਰ ਸੀ ਖਲਕਤ ਇਕਦਮ ਕੜਾ ਤੇ ਟੁੱਟ ਪਈ ਜਾਂ ਕੜਾਇਆ ਵਿੱਚ ਹੱਥ ਪਾਏ ਹਰੇਕ ਨੂੰ ਆਪਣੀ ਪਈ ਸੀ ੱੱਕੇ ਤੇ ੱੱਕਾ ਕੜਾ ਪ੍ਰਸ਼ਾਦ ਗਰਮ ਸੀ ਬੁੱਕ ਭਰਿਆ ਨਹੀਂ ਕੀਚੀਸਾ ਨਿਕਲਿਆ ਨਹੀਂ ਕਈਆਂ ਥਾਲੀਆਂ ਭਰ ਲੀਆਂ ਪਰ ਉਹ ਲੁੱਟੀਆਂ ਗਈਆਂ ਕਈਆਂ ਨੂੰ ੱੱਕੇ ਵੱਜੇ ਉਨਾਂ ਦੀ ਬਾਹਾਂ ਕੜਾਈ ਵਿੱਚ ਜਾ ਪਈਆਂ ਉਹ ਚੁੱਲਸ ਗਈਆਂ ਕਈਆਂ ਝੋਲੀਆਂ ਭਰ ਲਈਆਂ ਪਰ ਝੋਲੀਆਂ ਕਿੰਨ ਰਹਿਣ ਦੇਣੀਆਂ ਸਨ ਖਾਣਾ ਕਿਸੇ ਕੀ ਸੀ ਜ਼ੁਗਤੀ ਬਿਨਾ ਮੁਕਤੀ ਕਿੱਥੇ ਕੜਾ ਪ੍ਰਸ਼ਾਦ ਘੱਟੇ ਕੌਡੀਆਂ ਰੁਲੀਆਂ ਬਹੁਤਿਆਂ ਦੇ ਮੂੰਹ ਹੱਥ ਲੂਸੇ ਕਈਆਂ ਦੇ ਕਪੜੇ ਪਾਟੇ ਸੱਚੇ ਪਾਸ਼ਾ ਵੇਖ ਵੇਖ ਕੇ ਮੁਸਕੁਰਾ ਰਹੇ ਸਨ ਬਚਨ ਕੀਤਾ ਭਾਈ ਜੁਗਤੋ ਬਿਨਾ ਜਿੱਤੀ ਬਾਜੀ ਹਾਰ ਜਾਈਦੀ ਏ ਕਦੇ ਵੀ ਬੇਜੁਗਤੀ ਨਾ ਵਰਤੋ ਸਦਾ ਸਬਰ ਤੋਂ ਕਾਮ ਲਹੋ ਕਾਲੀ ਅਗੇ ਸਦਾ ਟੋਏ ਹੀ ਹੁੰਦੇ ਹਨ ਇੱਕ ਹੋਰ ਸਾਖੀ ਹੈ ਧਾਰਾ ਸਿੰਘ ਡਰਾਈਵਰ ਨੂੰ ਸੀਫਲਸ ਦਾ ਰੋਗ ਚਿੰਬੜ ਗਿਆ ਉਸ ਨੇ ਸਤਗੁਰਾਂ ਦੇ ਚਰਨਾਂ ਵਿੱਚ ਅਰਜ ਕੀਤੀ ਸਤਗੁਰ ਸਦਾ ਮੋਜ ਦੇ ਮਾਲਕ ਮੋਜੀ ਨੇ ਡਾਕਟਰ ਸ਼ਮਸ਼ੀਰ ਸਿੰਘ ਜਲੰਧਰ ਵਾਲ ਚਿੱਠੀ ਲਿਖਵਾ ਦਿੱਤੀ ਧਾਰਾ ਸਿੰਘ ਬਚਨ ਮਨ ਜਲੰਧਰ ਚਲਾ ਗਿਆ ਧਾਰਾ ਸਿੰਘ ਨੇ ਜਾ ਕੇ ਡਾਕਟਰ ਸਾਹਿਬ ਨੂੰ ਚਿੱਠੀ ਦਿੱਤੀ ਤੇ ਹਾਲ ਵੀ ਦੱਸਿਆ ਡਾਕਟਰ ਸਾਹਿਬ ਨੇ ਵੇਖਿਆ ਅਤੇ ਆਖਿਆ ਇਹ ਮੇਰੇ ਵਾਸ ਦਾ ਰੋਗ ਨਹੀਂ ਤੂੰ ਅੰਮ੍ਰਿਤਸਰ ਦੇ ਵੱਡੇ ਹਸਪਤਾਲ ਚਲਾ ਜਾ ਡਾਕਟਰ ਸਾਹਿਬ ਦਾ ਉੱਤਰ ਸੁਣ ਧਾਰਾ ਸਿੰਘ ਸ਼ੀਰੀ ਭੈਣੀ ਸਹਿ ਮੋੜ ਆਇਆ ਆ ਕੇ ਮੱਥਾ ਟੇਕਿਆ ਤੇ ਆਖਿਆ ਤੁਸੀਂ ਮੋਇਆਂ ਨੂੰ ਜਿਵਾਂਦੇ ਹੋ ਤੇ ਮੈਨੂੰ ਡਾਕਟਰਾਂ ਬਾਸ ਭੇਜਦੇ ਹੋ ਸਤਗੁਰੂ ਜੀ ਸੰਤ ਰਤਨ ਸਿੰਘ ਨੂੰ ਬੁਲਾਇਆ ਤੇ ਆਖਿਆ ਰਤਨ ਇਹ ਤਾਂ ਸਾਡੇ ਗੱਲ ਪੈ ਗਏ ਇਹ ਤਾਂ ਸਾਡੇ ਗੱਲ ਪੈ ਗਿਆ ਹੀ ਜਾਂ ਇਸ ਨੂੰ ਦੇਹ ਗੋਲੀ ਕਿਹੜੀ ਗੋਲੀ ਬਾਦਸ਼ਾਹ ਜਿਹੜੀ ਆਥਾ ਹੁੰਦੀ ਹ ਰਤਨ ਸਿੰਘ ਨੇ ਤਾਰਾ ਸਿੰਘ ਨੂੰ ਕੁਝ ਦਿਨਾਂ ਦੀ ਦਵਾਈ ਦੀ ਟੀ ਤੇ ਤਾਰਾ ਸਿੰਘ ਥੋੜੇ ਦਿਨਾਂ ਵਿੱਚ ਹੀ 9 ਬਰ 9 ਹੋ ਗਿਆ। ਕੁੰਦਨ ਵਰਗੀ ਦੇ ਨਹੀਂ ਘਲਾਈ ਉਹਦੀ। ਤਾਰਾ ਸਿੰਘ ਮੂੜ ਕਿਸੇ ਕਾਰ ਜਲੰਧਰ ਗਿਆ ਤੇ ਉੱਥੇ ਡਾਕਟਰ ਸਾਹਿਬ ਦੀ ਦੁਕਾਨ ਤੇ ਪਹੁੰਚਿਆ। ਡਾਕਟਰ ਸਾਹਿਬ ਜਾਣੂ ਭਜਾਣੂ ਸੀ। ਉਸ ਗਿਆ ਤਾਰਾ ਸਿੰਘਾ ਤੇਰੇ ਤੇ ਬੜੀ ਕਿਰਪਾ ਹੋ ਗਈ ਹੈ। ਤੂੰ ਤਾਂ ਬਹੁਤ ਜਲਦੀ ਰਾਜੀ ਬਾਜੀ ਹੋ ਗਿਆ ਹੈ। ਕਿਸ ਡਾਕਟਰ ਤੋਂ ਦਵਾਈ ਲਈ ਆ? ਤਾਰਾ ਸਿੰਘ ਨੇ ਨਿਮਰਤਾ ਸਹਿਤ ਉੱਤਰ ਦਿੱਤਾ ਸਰਗੂ ਪ੍ਰਤਾਪ ਸਿੰਘ ਜੀ ਡਾਕਟਰਾਂ ਦੇ ਡਾਕਟਰ ਹਨ ਇਹਨਾਂ ਨੇ ਹੀ ਮੇਰੇ ਤੇ ਕਿਰਪਾ ਕੀਤੀ ਹੈ ਸਾਰੇ ਆਗ ਲਈ ਤਾਂਸੀ ਜੀ ਸਾਧਗੁਰੂ ਪ੍ਰਤਾਪ ਸਿੰਘ ਜੀ ਉਹਨਾਂ ਦੇ ਚਰਣਾ ਤੇ ਸਾਡੀ ਅਨੇਕਾਂ ਵਾਰੀ ਦੰਡੋਤ ਬੰਦਨਾ ਹੈ